दैनिक सवेरा अंधेरे से उजाले की ओर। सत श्री अकाल जी, मैं हाँ थोड़ा अपना युवराज हंस और मैं अपने घर ही आया जी। मेरे अंकल होना की प्रेस से श्री शीतल विज जी दैनिक सवेरा ऑफिस से बैठा हाँ, इतना लगता अपने घर ही बैठा हाँ। बहुत 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 अच्छा लगा इतना खाने वाली कलम है जी। ये बारे थोड़ा की क्या किदा दी मूवी किदा दी मैसेज की दिंदी है जी? ये रोमांटिक कॉमेडी मूवी है जी। अच्छी बहुत हार्ड वर्क किया है जी। हरीश वर्मा ने, नीरू बाजवा जी ने, ते बहुत फैमिली ओरिएंटेड मूवी है। तुसी सारे जाने जाके अपनी फैमिली नाल जरूर देखियो और आई एम श्योर थानू बहुत पसंद आऊगी। एंटरटेनमेंट है पूरी फिल्म, फैमिली नाल देख सकते हो। सो तुसी प्लीज 28 तरीक नू प्रॉपर पटोला जरूर देख के आना, एक रिक्वेस्ट है जी मेरे। मैसेज की देना चाहती प्रॉपर पटोला मैसेज ये दिंदी है कुड़ियां नू पटोला दिखाने की कोशिश की या ਕੁੜੀਆਂ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ ਜਾਂ ਜੀ ਇਹ ਆਪਾਂ ਇਹ ਉਹ ਪਟੋਲਾ ਨਹੀਂ ਜਿਹੜਾ ਤੁਸੀਂ ਮੁੰਡੇ ਕਹਿੰਦੇ ਅੱਜ ਕੱਲ੍ਹ, ਇਹ ਉਹ ਪਟੋਲਾ ਨਹੀਂ। ਆਪਾਂ ਇਹ ਗੱਲ ਆ ਗੁੱਡੀਆਂ ਪਟੋਲੇ ਜਿਹੜਾ ਸੀ ਨਾ ਗੁੱਡੀਆਂ ਪਟੋਲਿਆਂ ਨਾਲ ਖੇਡਦੇ ਸੀਗੇ, ਇਹ ਵਰਡ ਪਟੋਲਾ ਉੱਥੋਂ ਨਿਕਲਿਆ ਕਿਉਂਕਿ ਉਹ ਭਲੇ ਟਾਈਮ ਹੁੰਦੇ ਸੀਗੇ ਉਦੋਂ ਗੁੱਡੀਆਂ ਪਟੋਲਿਆਂ ਨਾਲ ਸਾਰੇ ਖੇਡਦੇ ਹੁੰਦੇ ਸੀ, ਉਦੋਂ ਵਲਗਰ ਨਹੀਂ ਸੀ ਮੰਨਿਆ ਜਾਂਦਾ ਇਹਨੂੰ। ਇਹ ਉੱਥੋਂ ਨਿਕਲਿਆ ਔਰ ਪਲੱਸ ਇੱਕ ਦੋ ਗਾਣੇ ਵੀ ਸੀਗੇ ਸਾਡੀ ਇੰਸਪੀਰੇਸ਼ਨ ਸੀਗੀ ਔਰ ਪਲੱਸ ਮੈਸੇਜ ਇਹ ਆ ਜੀ ਇਸ ਮੂਵੀ 'ਚ ਐਟ ਦ ਐਂਡ ਆਫ ਡੇ ਤੁਸੀਂ ਜੋ ਵੀ ਡਿਸੀਜਨ ਲੈਣਾ ਹੁੰਦਾ ਆ, ਜੋ ਵੀ ਕਰਨਾ ਹੁੰਦਾ ਆਪਣੇ ਮਾਂ ਪਿਓ ਨੂੰ ਆਪਣੇ ਉਹਨਾਂ ਦੀ ਜ਼ਰੂਰ ਰਿਸਪੈਕਟ ਕਰੋ, ਉਹਨਾਂ ਦੀ ਹਾਂ ਵਿੱਚ ਹਾਂ ਮਿਲਾ ਕੇ ਰਿਸਪੈਕਟ ਕਰੋ ਔਰ ਜੋ ਵੀ ਡਿਸੀਜਨ ਲੈਣਾ ਆਈ ਐਮ ਸ਼ੋਰ ਉਹ ਤੁਹਾਨੂੰ ਜ਼ਰੂਰ ਸਪੋਰਟ ਕਰਨਗੇ, ਪਰ ਉਹਨਾਂ ਦੇ ਖਿਲਾਫ ਜਾ ਕੇ ਕੋਈ ਡਿਸੀਜਨ ਨਾ ਲਓ, ਰਿਸਪੈਕਟ ਕਰੋ ਆਪਣੇ ਮਾਂ ਪਿਓ। ਪੰਜਾਬ ਦੇ ਬੋਲੀਵੁੱਡ 'ਚ ਕੀ ਧਰਮਿੰਦਰ ਦਾ ਮੁੰਡਾ ਪੰਜਾਬੀ ਹੈ, ਕੀ ਅਮਿਤਾਭ ਦਾ ਮੁੰਡਾ ਪੰਜਾਬੀ ਹੈ, ਪੰਜਾਬ ਦਾ ਮੁੰਡਾ ਜਾ ਕੇ ਬੋਲੀਵੁੱਡ ਦੇ? ਪੰਜਾਬ ਦੇ ਮੁੰਡੇ ਇੱਦਾਂ ਨਹੀਂ, ਕੋਈ ਸਕਸੈਸ ਨਹੀਂ ਹੋ ਰਿਹਾ ਜੀ। ਪਲੱਸ ਮੈਨੂੰ ਲੱਗਦਾ ਸਾਡੀ ਪੰਜਾਬੀ ਇੰਡਸਟਰੀ ਜਿਹੜੀ ਆ ਨਾ ਉਹ ਬਹੁਤ ਆਲਰੇਡੀ ਗਰੋ ਕਰ ਰਹੀ ਆ। ਸਾਡੇ ਜਿਹੜੇ ਬੋਲੀਵੁੱਡ ਵਾਲੇ ਆ ਉਹ ਵੀ ਇੱਥੇ ਆ ਕੇ ਕੰਮ ਕਰਦੇ ਨੇ ਔਰ ਕਰ ਰਹੇ ਨੇ। ਸੋ ਮੈਨੂੰ ਲੱਗਦਾ ਕਿ ਸਾਨੂੰ ਵਟ ਮੇਰਾ ਪਰਸਨਲ ਇਹ ਮੰਨਣਾ ਕਿ ਸਾਨੂੰ ਇੱਕ ਪੰਜਾਬੀ ਇੰਡਸਟਰੀ ਨੂੰ ਸਟੈਪ ਬਣਾ ਕੇ ਬੋਲੀਵੁੱਡ 'ਚ ਨਹੀਂ ਜਾਣਾ ਚਾਹੀਦਾ। ਜੇ ਤੁਸੀਂ ਪੰਜਾਬੀ ਇੰਡਸਟਰੀ ਨੂੰ ਏਡਾ ਵੱਡਾ ਕਰ ਦਿਓ ਕਿ ਬੋਲੀਵੁੱਡ ਅਤੇ ਪੰਜਾਬੀ ਇੰਡਸਟਰੀ ਨਹੀਂ, ਤੁਸੀਂ ਕਹਿੰਦੇ ਹੋ ਕਿ ਪੰਜਾਬ ਦੀ ਇੰਡਸਟਰੀ ਜਿਹੜੀ ਹੈ ਇਸ ਵੇਲੇ ਗਰੋ ਕਰ ਰਹੀ ਹੈ। ਅਸੀਂ ਇਹ ਗੱਲ ਕਰੀਏ 100% ਫਿਲਮਾਂ ਸੋ ਬਣਦੀਆਂ, 98% ਜਿਹੜੀਆਂ ਫਿਲਮਾਂ ਫਲੋਪ ਹੁੰਦੀਆਂ, ਦੋ ਹਿੱਟ ਹੁੰਦੀਆਂ, ਸਿਰਫ ਦੋ ਫਿਲਮਾਂ ਹਿੱਟ ਹੋਣ ਕੋਲ ਸਾਡੇ ਕੋਲ ਅੱਛੇ ਮੇਕਰਸ ਦੀ ਕਮੀ ਹੈ ਜੀ, ਇਹ ਮੈਂ ਮੰਨਦਾ ਬਿਲਕੁਲ। ਔਰ ਇਹ ਤਾਂ ਹਿਸਟਰੀ ਹੈਗੀ ਆ, ਜੇ ਕੋਈ ਵੀ ਦੁਨੀਆਂ 'ਤੇ ਅੱਛੀ ਚੀਜ਼ ਆਈ ਆ ਉਹ ਮੂਵੀ ਆ ਜਾਂ ਕੋਈ ਵੀ ਕੰਮ ਆ ਉਹ ਐਪਰੀਸ਼ੀਏਟ ਜ਼ਰੂਰ ਹੋਇਆ। ਔਰ ਸਾਨੂੰ ਅੱਛੀਆਂ ਮੂਵੀਜ਼ ਦੀ ਥੋੜ੍ਹੀ ਜਿਹੀ ਘਾਟ ਹੈਗੀ ਆ। ਆਈ ਹੋਪ ਅੱਗੇ ਫਿਊਚਰ ਵਿੱਚ ਜਾ ਕੇ ਸਭ ਕੁਝ ਠੀਕ ਹੋਊਗਾ। ਹਾਂਜੀ, ਹੁਣ ਦਲਜੀਤ ਤੇ ਗਿੱਪੀ ਕਿ ਜਿਹੜਾ ਤੁਸੀਂ ਗੱਲ ਕਰਦੇ ਸੀ ਕਿ ਅੱਛੀਆਂ ਮੂਵੀਆਂ, ਅੱਛੀ ਮੂਵੀਜ਼ ਨੂੰ ਤੁਸੀਂ ਭਾਵ ਕਿੱਦਾਂ ਦਾ ਭਾਵ ਦਿੰਦੇ, ਲਾਈਕ ਕਿੱਦਾਂ ਦੀ ਅੱਛੀ ਮੂਵੀ ਕਹਿੰਦੇ ਆ? ਅੱਛੀ ਮੂਵੀ ਜੀ 1984 ਆਈ ਸੀਗੀ, ਬਹੁਤ ਅੱਛੀ ਮੂਵੀ ਸੀਗੀ, ਸਾਡੇ ਅਨੁਰਾਗ ਸਿੰਘ ਜੀ ਨੇ ਬਣਾਈ ਸੀਗੀ। ਹੁਣ ਪਿੱਛੇ ਜੇ 4 ਸਾਹਿਬਜ਼ਾਦੇ ਆਏ ਆ ਉਹ ਬਹੁਤ ਬਹੁਤ ਜ਼ਿਆਦਾ ਅੱਛੀ ਮੂਵੀ ਆ, ਅਤੇ ਮੈਂ ਇਹੀ ਰਿਕੁਐਸਟ ਕਰਦਾ ਸਾਰੇ ਪ੍ਰੋਡਿਊਸਰਸ ਨੂੰ ਔਰ ਮੇਕਰਸ ਨੂੰ, ਪਲੀਜ਼ ਥੋੜ੍ਹੇ ਡਿਫਰੈਂਟ ਜੋਨਰ ਔਰ ਡਿਫਰੈਂਟ ਕੰਮ ਸਾਡੇ ਤੋਂ ਲਓ, ਅਸੀਂ ਕਰਨ ਨੂੰ ਤਿਆਰ ਹਾਂ, ਬਸ ਤੁਸੀਂ ਸਾਨੂੰ ਸਾਈਨ ਕਰੋ ਅੱਛੀ ਕੰਮ। ਭਾਅ ਜੀ ਦਲਜੀਤ ਗਈਆਂ ਫਿੱਟ ਹੁੰਦ, ਮੈਂ ਉਹੀ ਅੱਗੇ ਦੱਸਿਆ ਜੀ, ਅੱਛੀ ਫਿਲਮ ਹੋਊਗੀ ਜਿਹੜੀ ਮਰਜ਼ੀ ਫਿਲਮ ਹੋਊਗੀ ਉਹ ਚੱਲੂਗੀ ਹੀ ਚੱਲੂਗੀ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਉਹ ਗਿੱਪੀ ਜੀ ਦੀ ਆ, ਦਲਜੀਤ ਜੀ ਦੀ ਆ, ਉਹ ਸੁਪਰ ਸਟਾਰਸ ਨੇ, ਦੇ ਆਰ ਬਿਗ ਸਟਾਰਸ, ਅਤੇ ਉਹਨਾਂ ਦੀ ਮੂਵੀ ਚੱਲਣੀ ਵੀ ਚਾਹੀਦੀ। ਔਰ ਮੈਂ ਤਾਂ ਇਹੀ ਚਾਹੁੰਦਾ ਹਰ ਮੂਵੀ ਚੱਲੇ ਪੰਜਾਬੀ ਮੂਵੀ, ਕਿਉਂਕਿ ਜੇ ਚੱਲੂਗੀ ਸਾਨੂੰ ਹੀ ਫਾਇਦਾ ਜੀ ਉਹਦਾ ਔਰ ਤੁਹਾਨੂੰ ਵੀ ਫਾਇਦਾ, ਤੁਹਾਨੂੰ ਅੱਛੀਆਂ ਅੱਛੀਆਂ ਮੂਵੀਜ਼ ਮਿਲਣਗੀਆਂ। ਜੇ ਇਨ ਕੇਸ ਇਨ ਫਿਊਚਰ ਨਹੀਂ ਚੱਲੀਆਂ ਮੂਵੀਜ਼ ਫਿਰ ਸਾਡੀ ਇੰਡਸਟਰੀ ਫਿਰ ਇੱਕ ਡਾਊਨਫਾਲ ਚੱਲੇਗੀ ਔਰ ਕਿਉਂਦਾ ਨਾ ਹੀ ਹੋਵੇ। ਬਾਬਾ ਜੀ ਮਿਹਰ ਕਰੋ ਭਾਜੀ, ਠੀਕਾ ਜੀ, ਤੁਸੀਂ ਦੇਖਣ ਵਾਲੇ ਬਣੋ। ਵਿਰਸਾ ਆਇਆ ਸੀ ਆਪਣੇ 1984 'ਚ, ਬਹੁਤ ਸੋਹਣੀ ਫਿਲਮ ਬਣੀ ਸੀ, ਉਹ 'ਚ ਕੋਈ ਕੁੜੀ ਇੱਦਾਂ ਦਾ ਨਹੀਂ ਸੀ ਕੰਮ। ਮੇਰੀ ਅੱਜ ਤੱਕ ਕੋਈ ਫਿਲਮ 'ਚ ਇੱਦਾਂ ਦਾ ਨਹੀਂ ਹੋਇਆ ਕਿ ਕੁੜੀ ਨੂੰ ਭਜਾ ਲੈਣਾ ਜਾਂ ਇਹ ਕਰ ਲੈਣਾ। ਹੋਰ ਬਹੁਤ ਅੱਛੀਆਂ ਅੱਛੀਆਂ ਫਿਲਮਸ ਵੀ ਆਈਆਂ, ਤੁਸੀਂ ਨੈਗੇਟਿਵ ਨਾ ਸੋਚੋ ਜੀ, ਨੈਗੇਟਿਵ ਵੱਲ ਨਾ ਜਾਓ, ਪੋਜ਼ਿਟਿਵ ਜਿਹੜੀਆਂ ਉਹ ਵੀ ਚੀਜ਼ਾਂ ਲਿਆਓ ਪਲੀਜ਼। ਯੁਵਰਾਜ ਹੰਸ, ਹਾਂਜੀ, ਇੱਕ ਸਿੰਗਰ ਜਾਂ ਐਕਟਰ? ਯੁਵਰਾਜ ਹੰਸ ਇੱਕ ਫਸਟ ਪਹਿਲਾਂ ਸਿੰਗਰ ਹੈ ਜੀ, ਬਾਅਦ 'ਚੋਂ ਐਕਟਰ ਹੈ, ਕਿਉਂਕਿ ਮੇਰੇ ਫਾਦਰ ਸਾਹਿਬ ਉਹਨਾਂ ਨੂੰ ਮੈਂ ਦੇਖਦਾ ਆਇਆ, ਸੁਣਦਾ ਆਇਆ ਔਰ ਮਿਊਜ਼ੀਕਲ ਘਰਾਣੇ 'ਚੋਂ ਮੈਂ ਨਿਕਲਿਆ। ਸੋ ਮੈਂ ਕਿ ਮੈਂ ਬਚਪਨ ਤੋਂ ਹੀ ਗਾਉਣਾ ਸ਼ੁਰੂ ਕੀਤਾ ਸੀ, ਐਕਟਿੰਗ ਤਾਂ ਮੈਂ ਹੁਣ ਸ਼ੁਰੂ ਕੀਤੀ ਆ, ਗਾਉਣਾ ਵੀ ਬਚਪਨ ਤੋਂ ਹੀ ਰਿਹਾ, ਸੋ ਪਹਿਲਾਂ ਸਿੰਗਰ ਹੈ। ਬਟ ਹੁਣ ਤਾਂ ਐਜ਼ ਏ ਸਿੰਗਰ ਤਾਂ ਇੱਕ ਯੁਵਰਾਜ ਹੰਸ ਗਾਏ ਵੀ ਹੋ ਗਿਆ? ਹਾਂਜੀ, ਮੈਂ ਕਰ ਰਿਹਾ ਜੀ, ਐਕਚੁਅਲੀ ਮੈਂ ਅੱਛੀ ਅੱਛੇ ਮੈਟਰ ਲੱਭ ਰਿਹਾ ਸੀਗਾ, ਮੈਨੂੰ ਕਾਫੀ ਦੇਰ ਹੋ ਗਈ ਸੀ ਅੱਛਾ ਕੁਛ, ਕਿਉਂਕਿ ਮੇਰੇ ਮੋਢਿਆਂ 'ਤੇ ਸਿਰਫ ਮੇਰਾ ਹੀ ਨਾਮ ਨਹੀਂ ਆ, ਮੇਰੇ ਫਾਦਰ ਸਾਹਿਬ ਦੀ ਰਿਸਪੋਂਸੀਬਿਲਿਟੀ ਆ ਜੀ, ਮੈਨੂੰ ਉਹਨਾਂ ਦਾ ਕਰਕੇ
ਧਿਆਨ ਨਾਲ ਰਹਿਣਾ ਪੈਂਦਾ ਆ, ਅੱਛੇ ਅੱਛੇ ਗਾਣੇ ਲਾਉਣੇ ਪੈਂਦੇ, ਇਸ ਕਰਕੇ ਮੈਂ ਬਸ 2-3 ਮਹੀਨੇ ਜੀ ਤੁਹਾਡੀ ਹੈ ਜਿਹੜੀ ਸੂਫੀ ਦੇ ਉੱਪਰ ਭਾਜੀ ਕੀ ਤੁਹਾਡਾ ਸੂਫੀਆਨਾ ਦੇ ਉੱਪਰ ਸੂਫੀ ਦੇ ਉੱਪਰ ਕਦੀ ਸੂਫੀ ਟ੍ਰੈਕਸ ਦੇ ਉੱਪਰ? ਹਾਂਜੀ 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 ਮੈਂ ਐਲਬਮ ਕਰ ਰਿਹਾ ਸੀ ਤੇ ਉਸ ਸਮੇਂ ਸੋਚ ਰਿਹਾ ਅਸੀਂ ਟ੍ਰਾਈ ਕਰ ਰਹੇ ਹਾਂ ਡੈਡੀ ਜੀ ਹੋਣੀ ਮੰਨ ਜਾਣ ਤੇ ਉਹਨਾਂ ਨਾਲ ਅਸੀਂ ਮੈਂ ਮੇਰੇ ਬ੍ਰਦਰ ਤੇ ਮੇਰੇ ਫਾਦਰ ਸਾਹਿਬ ਦੇ ਕੰਮ ਕਰਾਂਗੇ। ਭਾਜੀ ਤੁਸੀਂ ਇੱਕ ਪੰਜਾਬੀ ਇੰਡਸਟਰੀ ਨੂੰ ਜੀ, ਫਿਲਮ ਇੰਡਸਟਰੀ ਨੂੰ ਜੀ, ਬਿਜ਼ਨਸ ਤਾਂ ਚਲੋ ਹੈ ਹੀ ਹੈ ਜੀ, ਪਰ ਆਪਾਂ ਪੰਜਾਬੀ ਸੱਭਿਆਚਾਰ ਵਾਸਤੇ ਕੀ ਕਰਦੇ ਹਾਂ? ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਜੀ, ਸਾਡੇ ਥਰੂ ਜੇ ਕੋਈ ਕਿਸੇ ਨੂੰ ਮੈਸੇਜਸ ਪਹੁੰਚਦੇ ਆ ਅਸੀਂ ਤਾਂ ਇੱਕ ਤਰ੍ਹਾਂ ਦੇ ਮੈਸੇਂਜਰਸ ਹਾਂ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਅੱਛੇ ਅੱਛੇ ਮੂਵੀਜ਼ ਦੇ ਕੇ ਔਰ ਅੱਛੇ ਮੈਸੇਜਿਸ, ਸਾਡਾ ਮੋਟਿਵ ਇਹੀ ਹੁੰਦਾ ਹੈ ਲੋਕਾਂ ਨੂੰ ਐਂਟਰਟੇਨ ਕਰਨਾ ਔਰ ਪਲੱਸ ਉਹਨਾਂ ਨੂੰ ਅੱਛੇ ਮੈਸੇਜਿਸ ਮਿਲਣ, ਜੇ ਸਾਡੀਆਂ ਮੂਵੀ ਰਾਹੀਂ ਉਹਨਾਂ ਨੂੰ ਕੁਛ ਚੱਜ ਦਾ ਮਿਲਦਾ ਆ ਔਰ ਜੇ ਤੁਸੀਂ ਸਾਨੂੰ ਥੋੜ੍ਹਾ ਬਹੁਤਾ ਵੀ ਰਿਸਪੈਕਟ ਕਰਦੇ ਹੋ ਜਾਂ ਪਿਆਰ ਕਰਦੇ ਹੋ ਪਲੀਜ਼, ਅਸੀਂ ਜਿੱਦਾਂ ਕਹਿੰਦੇ ਹੁੰਦੇ ਕਿ ਮੇਰਾ ਸਪੈਸ਼ਲੀ ਇਹ ਇਸ਼ੂ ਆ ਕਿ ਪੰਜਾਬ ਦੀ ਯੂਥ ਆ ਜਿਹੜੀ ਉਹ ਡਰੱਗਸ ਵੱਲ ਬਹੁਤ ਜਾ ਰਹੀ ਆ, ਸੋ ਪਲੀਜ਼ 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 ਆਪਣੇ ਮਾਂ ਪਿਓ ਦਾ ਧਿਆਨ ਰੱਖੋ, ਉਹਨਾਂ ਵੱਲ ਸੋਚੋ ਸਮਝੋ ਪਲੀਜ਼, ਆਪਣੀ ਮਾਂ ਬੋਲੀ, ਆਪਣੀ ਮਾਂ ਬੋਲੀ ਜੀ, ਆਪਣੀ ਮਤਲਬ ਤੁਸੀਂ ਯੂਥ ਨੂੰ ਕਹਿੰਦੇ ਹੋ ਆਪਣੀ ਮਾਂ ਬੋਲੀ ਨੂੰ ਪਿਆਰ ਕਰੇ, ਪੰਜਾਬੀ ਲਿਖੋ ਪੜ੍ਹੋ। ਬਿਲਕੁਲ ਜੀ ਬਿਲਕੁਲ, ਆਪਣੀ ਮਾਂ ਬੋਲੋ, ਹਾਂ ਆਪਣੀ ਮਾਂ ਨੂੰ, ਆਪਣੀ ਜਿਹਨੂੰ ਕਹਿੰਦੇ ਹੀ ਮਾਂ ਬੋਲੀ ਨਾ ਉਹਨੂੰ ਕਾਹਤੋਂ ਭੁੱਲਣਾ, ਤੁਸੀਂ ਕਿੱਦਾਂ ਭੁੱਲ ਸਕਦੇ ਤੁਸੀਂ, ਸੋ ਆਪਣੀ ਪੰਜਾਬੀ ਨੂੰ ਕਦੀ ਨਾ ਭੁੱਲੋ, ਆਪਣੀ ਪੰਜਾਬੀ ਨੂੰ ਕਦੀ ਨਾ ਭੁੱਲੋ, ਸੋ ਪਲੀਜ਼ ਮੇਰੀ ਇਹ ਰਿਕੁਐਸਟ ਆ ਪਿਆਰ ਰਿਸਪੈਕਟ। ਰਾਜੂ ਭਾਈ ਇੱਕ ਗੱਲ ਤੁਸੀਂ ਕਹੀ ਸੀ ਜੀ ਨਸ਼ੇ ਦੀ ਗੱਲ ਜੀ, ਯੂਥ ਜਿਹੜਾ ਪੰਜਾਬ ਦਾ ਨਸ਼ੇ ਵੱਲ ਬਹੁਤ ਜ਼ਿਆਦਾ ਜਾ ਰਿਹਾ ਜੀ, ਅੱਜ ਗੱਲ ਕਰੀਏ ਸਿੰਗਰਸ ਦੀ ਜੀ ਜਾਂ ਐਕਟਰਸ ਦੀ ਜੀ, ਉਹ ਆਪ ਐਡੀ ਵੱਡੀ ਫੀਮ ਦੀ ਗੋਲੀ ਅੰਦਰ ਪਹਿਲਾਂ ਕਰਕੇ ਫਿਰ ਐਕਟਿੰਗ ਕਰਦੇ, ਮੈਂ ਕਈ ਨਾਮ ਨਹੀਂ ਲੈਣਾ ਚਾਹੁੰਦਾ ਤੁਹਾਨੂੰ ਵੀ, ਤੁਸੀਂ ਲੈ ਲਓ ਮੈਨੂੰ ਤਾਂ ਪਤਾ ਨਹੀਂ ਠੀਕ ਹੈ, ਮੇਰੀ ਨੌਲੇਜ ਇਹ ਕੋਈ ਨਹੀਂ ਹੈਗਾ, ਜਸਟ 2 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੋਈ, 2-3 ਦਿਨ ਪਹਿਲਾਂ ਹੀ ਪ੍ਰੈਸ ਕਾਨਫਰੰਸ ਹੋਈ ਸੀ, ਓਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਆਉਣ ਵਾਲੀ ਅਪਕਮਿੰਗ ਮੂਵੀ ਹੋਣੀ ਹੈ, ਮੈਨੂੰ ਨਹੀਂ ਕੋਈ ਉਹਨਾਂ ਦੇ ਐਕਟਰ ਉਹਨਾਂ ਦੀਆਂ ਅੱਖਾਂ ਦੇਖਣ ਵਾਲੀਆਂ ਸੀਡੀਆਂ ਐਂ ਲਾਲ ਬਾਹਰ ਨੂੰ ਨਿਕਲੀਆਂ ਹੋਈਆਂ ਸੀ ਠੀਕ ਹੈ, ਅਤੇ ਆਪਾਂ ਖੁਦ ਇੱਕ ਕਿਉਂਕਿ ਤੁਸੀਂ ਇੱਕ ਚਿਹਰਾ ਹੋ ਜੀ ਜੀ ਜੀ, ਤੁਸੀਂ ਅੱਜ ਕਹਿੰਦੇ ਹੋ ਸਿੱਖੀ ਦੀ ਗੱਲ ਕਰਦੇ ਹੋ, ਮੈਂ ਦਲਜੀਤ ਦਾ ਵੀ ਇਹੀ ਗੱਲ ਕਰਦਾ ਕਿ ਤੁਸੀਂ ਸਿੱਖੀ ਦੀ ਗੱਲ ਕਰਦੇ ਹੋ, ਤੁਸੀਂ ਆਪ ਦਾੜੀ ਕਟਾ ਲੈਂਦੇ ਹੋ ਜੀ, ਅਤੇ ਸਿੱਖੀ ਦਾ ਤੁਸੀਂ ਕੀ ਉਹ ਰੋਲ ਦਿਖਾਓਗੇ ਕਿ ਕੇਸ਼ ਨਹੀਂ ਕਟਾਏ, ਤੇ ਕੀ ਮੈਸੇਜ ਤੁਸੀਂ ਦੇ ਸਕਦੇ ਹੋ? ਮੈਂ ਇਹੀ ਕਹਿੰਦਾ ਜੀ ਜਿਹੜੇ ਤੁਸੀਂ ਜਿਹਨਾਂ ਦੀ ਗੱਲ ਕਰਦੇ ਹੋ ਮੈਨੂੰ ਤਾਂ ਪਤਾ ਵੀ ਨਹੀਂ ਕੌਣ ਨੇ ਉਹ, ਔਰ ਮੈਨੂੰ ਮੇਰੀ ਨੌਲੇਜ ਅੱਜ ਤੱਕ ਕੋਈ ਇੱਦਾਂ ਦਾ ਨਹੀਂ ਆਇਆ ਕੋਈ ਸਾਡਾ ਸਿੰਗਰ ਭਰਾ ਜਾਂ ਕੋਈ ਐਕਟਰ ਭਰਾ ਨਸ਼ੇ ਕਰਦਾ ਆ, ਨਾ ਹੀ ਅੱਜ ਤੱਕ ਕੋਈ ਮੀਡੀਆ 'ਚ ਇੱਦਾਂ ਦੀ ਗੱਲ ਆਈ ਆ, ਔਰ ਮੈਂ ਬਸ ਮੇਰੇ ਵੱਲੋਂ ਇਹੀ ਆ ਰਿਕੁਐਸਟ ਤੁਹਾਨੂੰ ਸਾਰਿਆਂ ਨੂੰ ਔਰ ਇਹੀ ਬੇਨਤੀ ਆ, ਬੀਇੰਗ ਅ ਯੂਥ ਤੁਸੀਂ ਜੇ ਗਲਤ ਰਾਹੀਂ ਪਏ ਆ ਤਾਂ ਪਲੀਜ਼ ਇਸ ਗੰਦੇ ਕੰਮ ਨੂੰ ਛੱਡ ਦਿਓ ਔਰ ਆਪਣੇ ਬਾਬਾ ਜੀ ਦਾ ਧਿਆਨ ਕਰਕੇ। ਫਾਦਰ ਸਾਹਿਬ ਜਿੱਦਾਂ ਰਾਜਨੀਤੀ ਦੇ ਵਿੱਚ ਆ ਗਏ ਹੋਏ, ਪਰ ਇਹ ਨਹੀਂ ਮੈਂ ਕਰ ਸਕਦਾ, ਨਹੀਂ ਨਹੀਂ ਮੈਂ ਫਾਦਰ ਸਾਹਿਬ ਬਾਰੇ ਨਹੀਂ ਕੁਐਸਚਨ, ਤੁਹਾਡੇ ਬਾਰੇ ਕੁਐਸਚਨ ਹੈ, ਤੁਹਾਡੇ ਬਾਰੇ ਹੀ ਹੈ। ਫਾਦਰ ਸਾਹਿਬ ਜਿਸ ਤਰੀਕੇ ਨਾਲ ਸਿੰਗਿੰਗ ਤੋਂ ਇੱਕ ਕਲਾਕਾਰ ਤੋਂ ਅੱਜ ਇੱਕ ਉਹਦੇ 'ਚ ਆ ਗਏ ਨੇ ਉਹਦੇ 'ਚ ਨਵੀਂ ਭੂਮਿਕਾ ਦੇ ਵਿੱਚ ਜੀ, ਕੀ ਤੁਹਾਡਾ ਮੋਟਿਵ ਅੱਗੇ ਆ ਕੇ ਰਾਜਨੀਤੀ 'ਚ ਆਉਣ ਦਾ ਹੈਗਾ ਜਾਂ ਨਹੀਂ? 5-7 ਸਾਲ 10 ਸਾਲ ਬਾਅਦ ਕੋਈ ਇੱਦਾਂ ਦਾ ਕੁਛ ਨਹੀਂ, ਮੇਰਾ ਹਜੇ ਫਿਲਹਾਲ ਤਾਂ ਕੋਈ ਪਲਾਨ ਨਹੀਂ ਗਾ, ਬਟ ਇਨ ਫਿਊਚਰ ਯੂ ਨੈਵਰ ਨੋ, ਦੇਖੋ ਬਾਬਾ ਮਿਹਰ ਕਰੇ ਕੁਛ ਨਹੀਂ ਪਤਾ, ਨਹੀਂ ਜਾਣ ਦਾ ਮਤਲਬ ਜਾ ਸਕਦੇ ਹੋ? ਹਾਂ ਜਾ ਸਕਦਾ, ਮੈਂ ਰਸਤੇ ਖੁੱਲ੍ਹੇ, ਮੈਂ ਨਾ ਨਹੀਂ ਤੁਸੀਂ ਬਸ ਜੀ, ਮੈਂ ਇਹੀ ਰਿਕੁਐਸਟ ਕਰੂੰਗਾ, ਅਸੀਂ ਅੱਜ ਆਏ ਸੀ ਦੈਨਿਕ ਸਵੇਰਾ, ਕਾਫੀ ਜ਼ਿਆਦਾ ਝੰਝੋੜਿਆ ਗਿਆ ਅਤੇ ਤੁਸੀਂ ਪਲੀਜ਼ ਦੇਖਿਓ 28 ਨਵੰਬਰ ਨੂੰ ਆ ਗਏ, ਥੈਂਕ ਯੂ ਸੋ ਮਚ, ਲਵ ਯੂ।